ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਅਜਨਾਲੇ ਦੀ ਪੁਲਿਸ ਨੇ ਸਾਡਾ ਇੱਕ ਸਿੰਘ, ਜਿਹੜਾ ਗੁਰਦਾਸਪੁਰ ਤੋਂ ਸਾਡਾ ਜ਼ਿਲ੍ਹਾ ਜਥੇਬੰਦੀ ਦਾ ਸੇਵਾਦਾਰ ਵੀ ਹੈ, ਉਹਨੂੰ ਘਰੋਂ ਚੁੱਕਿਆ। ਨਾਲ ਇੱਕ ਹੋਰ ਸਿੰਘ ਉਹਨੂੰ ਚੁੱਕਿਆ, ਲਵਪ੍ਰੀਤ ਸਿੰਘ ਤੂਫਾਨ, ਅਤੇ ਦੂਸਰਾ ਸਿੰਘ ਜਿਹੜਾ ਨੌਜਵਾਨ ਸੰਧੂ, ਉਹਨਾਂ ਦੋਨਾਂ ਨੂੰ ਘਰੋਂ ਚੁੱਕਿਆ। ਇਹ ਕਿਸੇ ਅਜਨਾਲੇ ਦੀ ਝੂਠਾ ਜਿਹੜਾ ਇਹਨਾਂ ਨੇ ਪਰਚਾ ਪਾਇਆ ਹੈ ਕਿਸੇ ਨੌਜਵਾਨ ਦੇ ਕਹਿਣ ਦਿੱਤੇ ਵੀ ਉਹਨੂੰ ਅਗਵਾਹ ਕੀਤਾ ਗਿਆ ਸੀ, ਉਹ ਸਿਲਸਿਲੇ 'ਚ ਇਹਨਾਂ ਦੋਵਾਂ ਨੂੰ ਘਰੋਂ ਗ੍ਰਿਫਤਾਰ ਕੀਤਾ। ਪੁਲਿਸ ਨੂੰ ਅਸੀਂ ਬੜੀ ਵਾਰੇ ਕਹਿ ਚੁੱਕੇ ਹਾਂ ਵੀ ਅਸੀਂ ਕਿਸੇ ਤਰੀਕੇ ਦੇ ਟਕਰਾਅ 'ਚ ਨਹੀਂ ਆਉਣਾ ਚਾਹੁੰਦੇ, ਪਰ ਜੇ ਸਾਡੇ ਸਿੰਘਾਂ ਨੂੰ ਇਸ ਤਰੀਕੇ ਨਾਲ ਇਕੱਲਿਆਂ ਇਕੱਲਿਆਂ ਕਰਕੇ ਚੁੱਕਣਾ ਹੈ ਤਾਂ ਫਿਰ ਆਪਾਂ ਇੱਕ ਵਾਰੀ ਵੇਖ ਹੀ ਲਈਏ ਇਕੱਠੇ ਹੋ ਕੇ ਵੀ ਕੀ ਕਿਹੜੇ ਭਾਅ ਵੇਖ ਜੀਏ, ਕਿਉਂਕਿ ਭਾਈਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ। ਸੋ ਸਾਰੀ ਸੰਗਤ ਨੂੰ ਪਹਿਲਾਂ ਤਾਂ ਮੇਰੀ ਅਪੀਲ ਹੈ ਵੀ ਤੁਸੀਂ ਜਿਹੜਾ ਇਹ ਪਿੰਡ ਜੱਲੂਪੁਰ ਖੈੜੇ ਜਿਹੜਾ ਸਾਡਾ ਨਗਰ ਹੈ, ਇੱਥੇ ਵੱਧ ਤੋਂ ਵੱਧ ਪਹੁੰਚੋ। ਉਸ ਤੋਂ ਬਾਅਦ ਕੀ ਕਰਨਾ ਫਿਰ ਆਪਾਂ ਇੱਥੇ ਬੈਠ ਕੇ ਗੁਰਮਤਾ ਕਰਾਂਗੇ, ਕਿਉਂਕਿ ਜਿਹੜੇ ਸਾਡੇ ਸਿੰਘ ਆ, ਜੇ ਪੁਲਿਸ ਤਰ੍ਹਾਂ ਤਾਂ ਇਹਨਾਂ ਨੂੰ ਰਿਹਾਅ ਨਹੀਂ ਕਰਦੀ ਤਾਂ ਫਿਰ ਵੱਡੇ ਪੱਧਰ 'ਤੇ ਐਕਸ਼ਨ ਅਸੀਂ ਕੋਈ ਨਾ ਕੋਈ ਲੀਕਾਂਗੇ ਪੰਜਾਬ ਦੇ ਵਿੱਚ। ਸਾਰੀ ਸੰਗਤ ਨੂੰ ਦੁਬਾਰਾ ਅਪੀਲ ਹੈ ਵੀ ਵੱਧ ਤੋਂ ਵੱਧ ਨੇੜਲੀ ਸੰਗਤ ਵੀ ਅਤੇ ਦੂਰੋਂ ਦਰੇਡਿਓ ਵੀ ਸੰਗਤ ਜਿਹੜੀ ਹੈ ਜੱਲੂਪੁਰ ਖੈੜੇ ਜਿਹੜਾ ਗੁਰਦੁਆਰਾ ਸਾਹਿਬ ਬਾਬਾ ਕਾਲਾ ਮਹਿਰ, ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਇੰਨੀਆਂ ਕੁ ਬੇਨਤੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।